ਜੀ ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ। ਤੁਸੀਂ ਆਕਲੈਂਡ ਨਿਊਜ਼ੀਲੈਂਡ ਤੋਂ ਲਾਈਵ ਦੇਖ ਰਹੇ ਹੋ। ਤੁਸੀਂ ਰਾਵਲਪਿੰਡੀ ਕਮੇਟੀ ਚੌਕ ਦਾ ਨਾਮ ਅਗਰ ਨੌਰਥ ਵੈਸਟ ਵਿੱਚ ਨਾ ਲਿਆ ਜਾਵੇ ਤਾਂ ਆਈ ਥਿੰਕ ਬੜੀ ਜ਼ਿਆਦਤੀ ਹੋਏਗੀ, ਕਿਉਂਕਿ ਹਾਰਟ ਆਫ ਦੀ ਸਿਟੀ ਹੈ, ਬਿਲਕੁਲ ਮਿਡ ਵੇ ਆਫ ਆ ਜਿਹੜਾ ਉਹ ਕਹਿ ਲਵੋ ਤੁਸੀਂ ਕਿ ਸਿਟੀ ਦਾ, ਔਰ ਇੱਥੇ ਤੁਹਾਨੂੰ ਮਿਲੇਗੇ ਖਾਣ ਵਾਸਤੇ ਡਿਫਰੈਂਟ ਫਿਸ਼ ਕਾਇੰਡਸ ਜਿਹੜੀਆਂ ਨੇ ਉਹ ਮਿਲਦੀਆਂ ਨੇ। ਤੁਸੀਂ ਬਹੁਤ ਜ਼ਿਆਦਾ ਸਾਰੀਆਂ ਜਿਹੜੀਆਂ ਫਿਸ਼ਿਜ਼ ਨੇ ਇੱਥੇ ਵਰਾਇਟੀ ਤੁਹਾਨੂੰ ਮਿਲੇਗੀ, ਰੋ ਮਿਲੇਗਾ, ਮਾਸ਼ਰ ਮਿਲੇਗਾ, ਮੁਸ਼ਕਾ ਮਿਲੇਗਾ, ਸਿਲਵਰ ਮਿਲੇਗਾ, ਈਵਨ ਦੈਨ ਸਫੈਦ ਔਰ ਕਾਲਾ ਰੋਹ ਵੀ ਜਿਹੜਾ ਉਹ ਅਵੇਲੇਬਲ ਹੈ। ਲੇਕਿਨ ਇੱਕ ਟ੍ਰੈਂਡ ਜਿਹੜਾ ਸੈਂਟਰ ਪੰਜਾਬ ਤੋਂ ਬਹੁਤ ਜ਼ਿਆਦਾ ਡਿਫਰੈਂਟ ਹੈ, ਉਹ ਕੀ ਚੀਜ਼ ਡਿਫਰੈਂਟ ਹੈ? ਉਹ ਡਿਫਰੈਂਟ ਹੈ ਕਿ ਇੱਥੇ ਡੀਪ ਫਰਾਈ ਕੋਈ ਚੀਜ਼ ਵੀ ਉਹ ਡੀਪ ਫਰਾਈ ਦੇ ਉੱਤੇ ਚੱਲ ਰਹੀ ਹੈ। ਮਾਮਾ ਜੀ ਫਿਸ਼ ਕਾਰਨਰ 60 more than 65 years ਓਲਡ ਸ਼ੋਪ ਜਿਹੜੀ ਹੈ ਉਹ ਹੈ। ਤੁਸੀਂ ਇਨਸਾਈਡ ਬੈਠ ਸਕਦੇ ਹੋ, ਬਾਜ਼ਾਰ ਦੇ ਬਾਹਰ ਬੈਠ ਸਕਦੇ ਹੋ। ਜਿਸ ਤਰ੍ਹਾਂ ਕਿ ਪਹਿਲੇ ਵੀ ਰਾਵਲਪਿੰਡੀ ਔਰ ਰਾਵਲਪਿੰਡੀ ਦੇ ਫੋਰਟਸ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਨੌਰਥ ਵੈਸਟ ਦੇ ਅੰਦਰ ਜਿਹੜੀਆਂ ਨੇ ਉਹ ਕੀ ਅਵੇਲੇਬਲ ਹੈ ਖਾਣੇ ਦੇ ਵਿੱਚ। ਇਟਸ ਅ ਟੋਟਲੀ ਨੌਨ ਵੈਜ ਆਪਸ਼ਨ। ਓਕੇ, ਬਿਲਕੁਲ ਪਹਿਲੇ ਤੋਂ ਸਭ ਤੋਂ ਜਿਹੜਾ ਕਿ ਕਹਿੰਦੇ ਨੇ ਮੈਰੀਨੇਸ਼ਨ ਤਾਂ ਆਲਰੇਡੀ ਕੀਤੀ ਹੁੰਦੀ ਹੈ, ਉਹ ਡੀਪ ਫਰਾਈ ਕੀਤਾ ਜਾਂਦਾ ਇਸ ਕੜਾਹ ਦੇ ਅੰਦਰ। ਫਿਰ ਤੁਸੀਂ ਨੈਕਸ ਨਿਕਲਦੇ ਹੋ ਅਤੇ ਤੁਹਾਨੂੰ ਇੱਥੇ ਜ਼ਿਆਦਾ ਜਿਹੜਾ ਮੁਸ਼ਕਾ ਔਰ ਕਾਲਾ ਰੋ ਜਿਹੜਾ ਉਹ ਜ਼ਿਆਦਾ ਮਿਲੇਗਾ। ਉਹ ਟ੍ਰੈਂਡ ਉਹੀ ਹੈ ਕਿ ਸ਼ੀਸ਼ੇ ਦੇ ਅੰਦਰ ਪੈਕ ਕਰਕੇ ਬਕਾਇਦਾ ਤੌਰ ਦੇ ਉੱਤੇ ਹਿਫਜ਼ਾਂ ਨੇ ਸਿਹਤ ਜਿਹੜਾ ਉਹਨੂੰ ਖਾਸ ਕਰਕੇ ਖਿਆਲ ਰੱਖਣਾ ਔਰ ਉਹਦੇ ਮੁਤਾਬਿਕ ਚੱਲਣਾ, ਕਿਉਂਕਿ ਜਿਸ ਤਰ੍ਹਾਂ ਕਿ ਗਵਰਨਮੈਂਟ ਆਫ ਪੰਜਾਬ ਵੱਲੋਂ ਸਟ੍ਰਿਕਟਲੀ ਆਰਡਰਸ ਨੇ ਕਿ ਫੂਡ ਜਿਹੜੀ ਵੀ ਹੈ ਉਹਨੂੰ ਪੈਕ ਕਰੋ ਅੱਛੇ ਤਰੀਕੇ ਨਾਲ, ਔਰ ਉਹਦਾ ਉਹਦੇ ਉੱਤੇ ਜਿਹੜੀ ਡਸਟ ਹੈ, ਮੱਖੀਆਂ ਨੇ, ਉਹ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਨਾ ਆਉਣ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਯੂ ਆਰ ਵਾਚਿੰਗ ਰੇਡੀਓ ਸਾਡੇ ਵਾਲਾ 87.8 FM ਰੇਡੀਓ। ਤੁਸੀਂ ਦੇਖ ਰਹੇ ਹੋ ਆਕਲੈਂਡ ਨਿਊਜ਼ੀਲੈਂਡ ਤੋਂ। ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਸੀ ਸੈਂਟਰ ਪੰਜਾਬ ਦੇ ਅੰਦਰ, ਉਹ ਤੁਹਾਨੂੰ ਜਦੋਂ ਅਸੀਂ ਦਿਖਾਉਂਦੇ ਹਾਂ ਬਹੁਤ ਜ਼ਿਆਦਾ ਸਾਰੇ ਟ੍ਰੈਡੀਸ਼ਨਲ ਫੂਡਸ ਦੇ ਮੁਤਲਕ ਗੱਲ ਕਰਦੇ ਹਾਂ, ਕਲਚਰ ਦੀ ਗੱਲ ਕਰਦੇ ਹਾਂ, ਤਾਂ ਸੇਮ ਟਾਈਮ ਦੇ ਉੱਤੇ ਤੁਹਾਨੂੰ ਜਿਹੜਾ ਨੌਰਥ ਵੈਸਟ ਦੇ ਅੰਦਰ ਜਿਹੜੇ ਟ੍ਰੈਡੀਸ਼ਨਸ ਨੇ ਖਾਣੇ ਦੇ ਉਹਨਾਂ ਦੀ ਵੀ ਤੁਹਾਨੂੰ ਅਸੀਂ ਇੰਟਰੋਡਕਸ਼ਨ ਕਰਵਾਵਾਂਗੇ। ਫਿਰ ਤੁਹਾਨੂੰ ਨੌਰਥ ਵੈਸਟ ਵਿੱਚ ਪਿਸ਼ਾਵਰ ਦੇ ਅੰਦਰ ਲੈ ਕੇ ਜਾਵਾਂਗੇ, ਔਰ ਖਾਸ ਕਰਕੇ ਕਿੱਸਾ ਖਵਾਨੀ ਬਾਜ਼ਾਰ ਦੇ ਜਿਹੜੇ ਕਬਾਬਸ ਨੇ ਔਰ ਦੂਸਰੀ ਕੜਾਹੀ, ਨਮਕੀਨ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਮੁਤਲਕ ਅਸੀਂ ਕਰਾਂਗੇ ਤੁਹਾਡਾ ਤਾਰਫ। ਤੁਸੀਂ ਦੇਖ ਰਹੇ ਹੋ ਬਾਬਾ ਜੀ ਫਿਸ਼ ਕਾਰਨਰ, ਇਟਸ ਮਾਈ ਓਨ ਨੇਮਡ, ਦੈਟਸ ਬਾਬਾ ਜੀ। ਜਿਸ ਤਰ੍ਹਾਂ ਕਿ ਟ੍ਰੈਡੀਸ਼ਨਸ ਦੇ ਮੁਤਲਕ ਦੱਸਿਆ ਸੀ ਕਿ ਟ੍ਰੈਡੀਸ਼ਨ ਜਿਹੜਾ ਇਸ ਜਗ੍ਹਾ ਦੇ ਉੱਤੇ ਸਪੈਸ਼ਲੀ ਉਹ ਡੀਪ ਫਰਾਈ ਦਾ, ਕਿਉਂਕਿ ਡੀਪ ਫਰਾਈ ਮਾਮਾ ਜੀ, ਇੱਕ ਮਾਮਾ ਜੀ ਉੱਧਰ ਹੈ ਜੀ, ਇੱਕ ਮਾਮਾ ਜੀ ਇੱਧਰ ਹੈ ਜੀ, ਦੋਨੋਂ ਪਾਸੇ ਮਾਮਾ ਜੀ ਨੇ। ਯੂ ਆਰ ਵਾਚਿੰਗ ਹਮਾਰੇ ਖਾਨੇ ਹਮਾਰੀ ਪਹਿਚਾਨ, ਔਰ ਨਾਲ ਦੀ ਨਾਲ ਮੇਰਾ ਸੋਹਣਾ ਪਾਕਿਸਤਾਨ, ਔਰ ਏਅਰਪੋਰਟ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ।